ਦਿੱਤੀ ਮੈਨੂੰ ਮਿਲਦੀ ਨਹੀਂ ਤੇ ਇੱਕ ਦਾਤਰੀ ਵਾ ਤੇਰੇ ਵਾਲੀ ਸ਼ਾਟੇ ਮੇ ਪੱਠਾ ਨਹੀਂ ਤੇ ਰੱਖੀ ਬੇਗਮ ਸਾਹਿਬਾ ਨੇ ਚਾਹ ਪਕਾਉਣ ਵਾਸਤੇ ਨੱਜ ਨਵੇਂ ਚੁੱਲ੍ਹੇ ਦੇ ਵਿੱਚ ਜਿਹੜਾ ਕਹਿੰਦਾ ਅੱਗ ਬਾਲੀ ਆ ਗੱਡੀ ਵਾਲਾ ਬਾਈ ਵੇਖ ਰਿਹਾ ਉਹ ਮੇਰੇ ਖਿਆਲ ਉੱਧਰ ਫਿਰਦਾ ਹੈ ਕਿਉਂਕਿ ਡਿੱਕੀ ਖਲਾਉਣੀ ਹੈ ਤੇ ਕਿਉਂਕਿ ਇਹਦੇ ਵਿੱਚ ਨਾ ਥੋੜ੍ਹੇ ਬਹੁਤੇ ਬੱਚਿਆਂ ਵਾਸਤੇ ਨਲੈ ਸੀ ਖਿਲਾਉਣੇ ਵਗੈਰਾ ਅਤੇ ਫਰੂਟ ਇੱਥੇ ਬੁੱਲ ਕੇ ਸੀ ਜਾਊ ਸੀ ਬੇਗਮ ਸਾਹਿਬਾ ਵੀ ਜਿਹੜਾ ਹੈਗਾ ਨਾ ਬਾਹਰ ਨਿਕਲ ਗਈ ਔਰ ਸਾਡੀ ਜਾਣ ਦੀ ਬਿਲਕੁਲ ਹੋ ਗਈ ਹੈ ਜੀ ਤਿਆਰੀ ਮੈਂ ਸੋਚਿਆ ਤੁਹਾਨੂੰ ਜਿਹੜਾ ਹੈਗਾ ਨਾ ਵਾਪਸੀ ਜਾਣ ਲੱਗਿਆਂ ਵੀ ਇੰਜੋਏ ਕਰਾਵੀਏ ਕਿ ਅਸੀਂ ਵਾਪਸ ਜਿਹੜਾ ਨਾ ਘਰ ਕਿਵੇਂ ਪਹੁੰਚੇ ਚੱਲੀਏ ਫਿਰ ਬੱਚੇ ਆ ਗਏ ਚਲੋ ਠੀਕ ਹੈ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਇਜਾਜ਼ਤ ਦਿਓ ਹੁਣ ਸਾਨੂੰ ਤੁਸੀਂ ਤੂੰ ਜਾਣਾ ਸਾਡੇ ਨਾਲ ਨਹੀਂ ਮੈਂ ਬਾਈਕ ਤੇ ਜਾਣਾ ਅੱਛਾ ਮੈਂ ਕਿਹਾ ਜਾਣਾ ਤੇ ਆ ਜਾ ਰਮਾਨ ਸਾਹਿਬ ਚੱਲੀਏ ਵਾਪਸ ਆ ਵਾਹ ਦੁਆ ਕੀਤੇ ਆ ਜਾਓ ਬਾਈ ਜੀ ਸਟਾਰਟ ਕਰੋ ਅਲਹਮਦੁਲਿਲਾ ਜੀ ਘਰ ਨੂੰ ਨਿਕਲ ਪਏ ਔਰ ਇਨਸ਼ਾਅੱਲਾ ਇਨਸ਼ਾਅੱਲਾ ਥੋੜ੍ਹੀ ਦੇਰ ਤੱਕ ਹੀ ਘਰ ਹੋਵਾਂਗੇ ਸੂਰਜ ਜਿਹੜਾ ਹੈਗਾ ਨਾ ਤਕਰੀਬਨ ਗਰੂਬ ਹੋਣ ਵਾਲੀ ਹੈ ਇੱਕ ਘੰਟਾ ਕੁ ਤਕਰੀਬਨ ਪਿਆ ਹੋਇਆ ਹਾਲੇ ਤੱਕ ਦਿਨ ਬਿਸਮਿਲ੍ਲਾਹਿਰਰਹਿਮ ਅਸਲਾਮ ਵਾਲੇਕਮ ਜੀ ਵੈਲਕਮ ਬੈਕ ਅਲਹਮਦੁਲਿਲਾ ਜੀ ਘਰ ਖੈਰ ਖੈਰੀਅਤ ਨਾਲ ਜਿਹੜਾ ਹੈਗਾ ਨਾ ਕੱਲ੍ਹ ਪਹੁੰਚਿਆ ਸੀ ਅਤੇ ਲੇਕਿਨ ਮੈਂ ਸਿੱਧਾ ਨਿਕਲ ਗਿਆ ਜੀ ਸ਼ਹਿਰ ਅਤੇ ਉੱਥੇ ਜਾ ਕੇ ਫਿਰ ਵਲੌਗ ਵੀ ਅਪਲੋਡ ਕੀਤਾ ਕਿਉਂਕਿ ਇੰਟਰਨੈਟ ਬੰਦ ਹੈ ਅੱਜ ਪੂਰਾ ਇੱਕ ਹਫ਼ਤਾ ਹੋ ਗਿਆ ਅਤੇ ਕਾਫ਼ੀ ਜ਼ਿਆਦਾ ਦੇਖ ਲਓ ਪਤਾ ਨਹੀਂ ਕੀ ਚੱਕਰ ਹੈ ਕੋਈ ਦੌਰ ਐਸਾ ਸੀ ਜਦੋਂ ਇੰਟਰਨੈਟ ਬੰਦ ਹੁੰਦਾ ਸੀ ਨਾ ਪੂਰੇ ਸੋਸ਼ਲ ਮੀਡੀਆ 'ਤੇ ਹਾਲ ਪੈ ਜਾਂਦੇ ਸੀ ਇੰਟਰਨੈਟ ਬੰਦ ਹੋ ਗਿਆ ਜੀਓ ਨਿਊ ਮਸਲ ਜੇ ਖਬਰਾਂ ਖੁਬਰਾਂ ਵਾਲੇ ਜਿਹੜੇ ਚੈਨਲ ਨੇ ਇਹਨਾਂ ਨਿਹਾਲ ਯਾਰ ਪਈ ਮੁਐਸ਼ਤ ਕਾ ਬੇੜਾ ਗਰਕ ਹੋ ਗਿਆ ਕਰੋੜੋਂ ਕਾ ਅਰਬੋਂ ਕਾ ਨੁਕਸਾਨ ਹੋ ਗਿਆ ਇੱਕ ਹਫ਼ਤਾ ਹੋ ਗਿਆ ਇੰਟਰਨੈਟ ਬੰਦ ਹੋ ਗਿਆ ਸੀ ਵੀ ਨਹੀਂ ਨਿਕਲੀ ਕਿਸੇ ਕੋਈ ਇੱਕ ਕਿਸੇ ਨੇ ਖਬਰ ਹੀ ਨਹੀਂ ਦਿੱਤੀ ਕਿ ਇੰਟਰਨੈਟ ਬੰਦ ਹੈ ਇਸ ਤਰੀਕੇ ਖਮੋਸ਼ੀ ਹੈ ਪਾਬੰਦੀਆਂ ਨੇ ਕਿ ਕੋਈ ਕਿਸੇ ਖਬਰ ਹੀ ਨਹੀਂ ਚਲਾਉਣੀ ਇਸ ਤਰ੍ਹਾਂ ਦੀ ਕੋਈ ਖਬਰ ਨਾ ਚਲਾਵੇ ਕੋਈ ਕੁਛ ਵੀ ਨਾ ਕਰੇ ਹਾਂ ਕੀ ਗੱਲ ਹੈ ਪਿੱਛੇ ਪਿੱਛੇ ਹੀ ਆ ਗਿਆ ਆ ਜਾਓ ਨਾ ਅਸੀਂ ਵੱਢਣ ਆਏ ਸੀ ਜੀ ਪੱਠੇ ਵਗੈਰਾ ਚੱਕਣੇ ਅਤੇ ਲੈ ਚੱਲਦੇ ਹਾਂ ਚੱਲ ਕੇ ਮੱਝ ਨੂੰ ਪਾਉਂਦੇ ਹਾਂ ਔਰ ਪਿਛਲੇ ਟਾਈਮ ਜਿਹੜਾ ਨਾ ਆਪਣੇ ਉਧਰੋਂ ਨਾ ਫੜ ਆਵਾਂਗੇ ਹਾਂ ਇੱਥੋਂ ਸਾਡੇ ਪੱਠੇ ਜਿਹੜੇ ਨਾ ਸੰਭਲ ਕੇ ਖਤਮ ਹੋ ਗਏ ਇਹ ਵੀ ਜਿਹੜਾ ਹੈਗਾ ਨਾ ਅਸੀਂ ਜ਼ਬਰਦਸਤੀ ਵੱਢੇ ਚਲੀਏ ਕੱਪੜੇ ਲਾ ਦੇਵੇ ਨਵੇਂ ਚਰਖਾ ਵਗੈਰਾ ਥੱਲੇ ਚਾਹ ਕੇ ਰੱਖਿਆ ਉੱਥੇ ਜਗ੍ਹਾ ਸਾਫ਼ ਕੀਤੀ ਕਿਉਂਕਿ ਫਰੰਟ ਵਾਲੀ ਜਗ੍ਹਾ ਜਿਹੜੀ ਹੈ ਨਾ ਥੋੜ੍ਹੀ ਬਹੁਤੀ ਰਿਪੇਅਰ ਕਰਨ ਲੱਗਿਆ ਮੈਂ ਅਤੇ ਬੇਗਮ ਸਾਹਿਬਾਂ ਨਾਸ਼ਤਾ ਵਗੈਰਾ ਕਰ ਲਿਆ ਮੱਝ ਨੂੰ ਪੱਠੇ ਵਗੈਰਾ ਉੱਤਰ ਕੇ ਪਾ ਲੈਣੇ ਅਤੇ ਮੈਂ ਨਾ ਕਰਨਾ ਸਫਾਈ ਵਗੈਰਾ ਹੋਰ ਬੇਗਮ ਸਾਹਿਬਾਂ ਤੋਂ ਰਹੀ ਹੈ ਕੱਪੜੇ ਵਗੈਰਾ ਅੱਛਾ ਤੂੰ ਰੋਟੀ ਕੱਲ੍ਹ ਤਾਂ ਅਸੀਂ ਚਲੇ ਗਏ ਸੀ ਕੱਲ੍ਹ ਦਾ ਕੰਮ ਵਿੱਚ ਪਿਆ ਸੀ ਅੱਛਾ ਮੱਟੀ ਵਗੈਰਾ ਗੋਈ ਹੋਈ ਹੈ ਨਾ ਹਾਂ ਬਿਲਕੁਲ ਸਹੀ ਸਹੀ ਇਹ ਵਾਲਾ ਕਬਾੜ ਨਜ਼ਰ ਆਉਂਦਾ ਰਹੇਗਾ ਜਿੰਨੀ ਦੇਰ ਸਾਡਾ ਕੰਮ ਕੰਪਲੀਟ ਨਹੀਂ ਹੁੰਦਾ ਪੱਠੇ ਸਾਡੇ ਬਿਲਕੁਲ ਮੁੱਕ ਗਏ ਨੇ ਇਸ ਸਾਈਡ ਤੋਂ ਬਲਕਿ ਜਿੱਥੋਂ ਵੱਢ ਕੇ ਲੈ ਆਉਂਦੇ ਨੇ ਅਤੇ ਹੁਣ ਪੱਠਿਆਂ ਦੀ ਵੀ ਤਲਾਸ਼ ਕਰਨੇ ਨਵੇਂ ਔਰ ਨਵੇਂ ਪੱਠੇ ਬਲਕਿ ਹੁਣ ਤਾਂ ਨਾ ਛੇਲਾਂ ਵਗੈਰਾ ਹੁੰਦੀਆਂ ਪਈਆਂ ਫਰੀਆਂ ਵਾਲੀਆਂ ਅਤੇ ਅਗਰ ਹਿੰਮਤ ਕਰਕੇ ਚਲਾ ਜਾਵਾਂ ਤਾਂ ਫਰੀਆਂ ਦੇ ਰੋਜ਼ ਪੱਠਿਆਂ ਹੋਣਗੇ ਲੇਕਿਨ ਕਿਧਰੋਂ ਮੁੱਲ ਲੈਂਦੇ ਹਾਂ ਕਿਉਂਕਿ ਜਿਹੜੀ ਛੇਲ ਵਾਲੀ ਹੁੰਦੀ ਨਾ ਫੋਗੀ ਜੀ ਹੁੰਦੀ ਉਹਦਾ ਐਡਾ ਨਾ ਫਾਇਦਾ ਕੋਈ ਨਹੀਂ ਹੁੰਦਾ ਬੱਚੇ ਵੀ ਰੋ ਰਹੇ ਨੇ ਔਰ ਲੈ ਉਸ ਔਰ ਲੈ ਉਸ ਲਿਆ ਲਿਆ ਉਹ ਨਾ ਲਿਆ ਲੜਦੇ ਨੇ ਚੱਲ ਔਰ ਲੈ ਉਸ ਲੈ ਲਿਆ ਲਿਆ ਉਹ ਨਾ ਮੈਂ ਕਰ ਰਿਹਾ ਹਾਂ ਜੀ ਲਿਪਾਈ ਵਗੈਰਾ ਥੋੜ੍ਹਾ ਬਹੁਤਾ ਜਿਹੜਾ ਕੰਮ ਰਹਿੰਦਾ ਸੀ ਨਾ ਮੈਂ ਖਤਮ ਕਰੀ ਜਾਵੇ ਸਾਰਾ ਦਿਨ ਲੱਗ ਜਾਵੇਗਾ ਲੇਕਿਨ ਕੰਮ ਖਤਮ ਵਿਲਾਗ ਵਗੈਰਾ ਸ਼ੇਅਰ ਇਸ ਕਰਕੇ ਨਹੀਂ ਕਰ ਪਾ ਰਹੇ ਕਿਉਂਕਿ ਬੇਗਮ ਸਾਹਿਬ ਕੱਪੜੇ ਗੁੰਦੀ ਰਹੀ ਆ ਅਤੇ ਹੁਣ ਆਟਾ ਵਗੈਰਾ ਗੁੰਦੀ ਪਈ ਹੈ ਰੋਟੀਆਂ ਵਗੈਰਾ ਪਕਾਵੇਗੀ ਔਰ ਮੈਂ ਜਿਹੜਾ ਹੈਗਾ ਆਪਣਾ ਕੰਮ ਕਰਾਂ ਔਰ ਰੋਂਦਾ ਮੇਰੇ ਕੋਲ ਤਾਂ ਚੁੱਪ ਹੀ ਨਹੀਂ ਕੀਤਾ ਮਾਂ ਕੋਈ ਆਇਆ ਮੈਂ ਹੁਣ ਤੁਹਾਨੂੰ ਦਿਖਾਉਣਾ ਮੈਂ ਕੰਮ ਕੀ ਕੀਤਾ ਇਹ ਤਾਂ ਨਜ਼ਰ ਆ ਰਿਹਾ ਸਾਈਡ ਤੋਂ ਰਿਪੇਅਰ ਹੋ ਗਿਆ ਔਰ ਇਹ ਵਾਲੀਆਂ ਜਿਹੜੀਆਂ ਸਿਸਟਮ ਜਿਹੜਾ ਹੈ ਨਾ ਪੂਰਾ ਟੋਟਲ ਕੰਪਲੀਟ ਹੋ ਗਿਆ ਠੀਕ ਹੋ ਗਿਆ ਔਰ ਬੇਗਮ ਸਾਹਿਬ ਆਟਾ ਗੁੰਦੀ ਪਈ ਹਾਂ ਚੁੱਪ ਕਰ ਜਾ ਜੁੱਤੀ ਕਿੱਥੇ ਜੁੱਤੀ ਜੁੱਤੀ ਕਿੱਥੇ ਜੁੱਤੀ ਕਿੱਥੇ ਜਾ ਚੱਕ ਕੇ ਲੈ ਉਦੋਂ ਜਾ ਮੈਂ ਮਿੱਟੀ ਮਿੱਟੀ ਲੱਗੀ ਹੋਈ ਦੂਸਰਾ ਇਹ ਵਾਲੀ ਜਿਹੜੀਆਂ ਨਾ ਸੈਟਿੰਗ ਵੈਟਿੰਗ ਕੀਤੀ ਆ ਉੱਪਰ ਵਾਲੀ ਸਾਈਡ 'ਤੇ ਥੋੜ੍ਹੀ ਜਿਹੀ ਲਿਪਾਈ ਰਹਿੰਦੀ ਸੀ ਕੰਪਲੀਟ ਕੀਤੀ ਆ ਔਰ ਹੁਣ ਜਾਂ ਉਹ ਰਹਿੰਦਾ ਮੱਟੀ ਖਤਮ ਹੋ ਗਈ ਆ ਮੱਟੀ ਹੁੰਦੀ ਨਾ ਉੱਪਰ ਵਾਲੀ ਸਾਈਡ ਕਲੀਅਰ ਕਰ ਦੇਣੀ ਚਾਹੀਦੀ ਇਹ ਇੱਥੇ ਖਾਤਾ ਖਤਮ ਕਰੀ ਆ ਅਤੇ ਇਹ ਅਲਮਾਰੀਆਂ ਵਗੈਰਾ ਲਾ ਕੇ ਬੇਗਮ ਸਾਹਿਬ ਕਹਿ ਰਹੀ ਇੱਥੇ ਮੈਨੂੰ ਜਿਹੜਾ ਨਾ ਥੋੜ੍ਹਾ ਜਿਹਾ ਡਿਜ਼ਾਇਨ ਬਣਾ ਕੇ ਦਿਓ
ਉਹ ਇੰਜ ਕਰਕੇ ਪਤਾ ਨਹੀਂ ਇੰਜ ਕਰਕੇ ਕਿਵੇਂ ਆਉਂਦੀ ਹੈ ਉਹਦੇ ਤੇ ਟਾਈਮ ਲੱਗੇਗਾ ਕਾਫੀ ਸਾਰਾ ਫਿਰ ਬਣਾਵਾਂਗੇ ਕਦੇ ਫਿਰ ਬਣਾ ਲਾਂਗੇ ਇੱਕ ਵਾਰੀ ਜਿਹੜਾ ਕਹਿੰਦਾ ਟਾਈਮ ਨਹੀਂ ਹੈ ਕੁਛ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਪਹਿਲੇ ਠੀਕ ਹੈ ਹਾਲੇ ਅਸੀਂ ਜਦੋਂ ਸੈਟਿੰਗ ਵੈਟਿੰਗ ਕਰਨੀ ਹੈ ਨਾ ਤਾਂ ਉਦੋਂ ਦੇਖਣਾ ਕਿਉਂਕਿ ਪੋਚਾ ਹਾਲੇ ਮਾਰਨ ਰਹਿ ਗਿਆ ਨਾ ਸਾਰਾ ਪੋਚਾ ਮਾਰਨਾ ਇਹ ਵਾਲੀ ਲਿਪਾਈ ਕਰਕੇ ਨਾ ਫਿਰ ਪੋਚਾ ਮਾਰਨਾ ਸੀ ਮੈਂ ਫਿਰ ਚੱਲਿਆ ਬੱਚਿਆਂ ਦਾ ਖਿਆਲ ਰੱਖੀ ਹੈ ਚਲੋ ਠੀਕ ਹੈ ਸਾਰਾ ਸਮਾਨ ਆ ਗਿਆ ਮੋਟੂ ਚੁੱਪ ਕਰੋ ਥੋੜਾ ਜ਼ੋਰ ਕਰਦੇ ਤੂੰ ਤੂੰ ਜ਼ੋਰ ਹਾਂ ਕੀ ਕਰਦੇ ਨੇ ਕੀ ਕਰਦੇ ਨੇ ਬੋਲਦੇ ਨੇ ਹੈਂ ਇਹਨਾਂ ਵਾਸਤੇ ਸੇਬ ਜਿਹੜਾ ਹੈਗਾ ਮੈਂ ਭੁੱਲ ਗਿਆ ਰੋਟੀ ਸਾਲਣ ਤੇ ਜਿਹੜਾ ਹੈਗਾ ਰੋਟੀ ਪਕਾਈ ਹੈ ਸਾਲਣ ਲੈ ਕੇ ਆਉਂਦਾ ਤਿੰਨ ਕਿਸਮ ਦਾ ਸਬਜ਼ੀ ਦਾਲ ਤਿੰਨ ਚਾਰ ਕਿਸਮ ਦਾ ਸਮਾਨ ਵਗੈਰਾ ਅੱਛਾ ਮੇਰਾ ਕਿਹੜਾ ਹੈ ਤੇ ਹੈ ਕਿ ਹੈ ਕਿ ਹੈ ਚਨੇ ਤੇ ਕੜੀ ਮਿਕਸ ਕਰ ਦਿੱਤੀ ਪਾਣੀ ਲਿਆ ਫਿਰ ਮੈਂ ਫੜਿਆ ਹੋਇਆ ਬੱਚਿਆਂ ਦਾ ਇੰਤਜ਼ਾਰ ਕਰ ਰਿਹਾ ਅੱਜ ਮੈਂ ਬੜੀ ਟਾਈਮ ਨਾਲ ਰੋਟੀ ਖਾ ਰਿਹਾ ਬੱਚੇ ਆਲੇ ਸਕੂਲ ਇੱਚੂ ਕੋਈ ਨਹੀਂ ਆਏ ਉਹਨਾਂ ਦਾ ਟਾਈਮ ਹੁਣ ਸਮਝੇ ਲੇਟ ਹੋ ਗਿਆ 8:30 ਵਜੇ ਸਕੂਲ ਲੱਗਦਾ ਹੈ ਲੈਬਾ ਤੇ ਬੜੇ ਬਸਤੇ ਬੁਸਤੇ ਚੱਕੀ ਫਿਰਦੀ ਆ ਅਲਹਮਦੁਲਿਲਾ ਜੀ ਮੈਂ ਤੇ ਰੋਟੀ ਖਾ ਲਈ ਆ ਬੱਚੇ ਵੀ ਆ ਗਏ ਨੇ ਇਹ ਵੀ ਰੋਟੀ ਰੋਟੀ ਖਾ ਲੈਂਦੇ ਨੇ ਔਰ ਬੇਗਮ ਸਹਿਮਾ ਕਹਿ ਰਹੀ ਹੈ ਕਿ ਅੱਜ ਜਿਹੜੇ ਨੰਬਰ ਤੇਰੀ ਕਰਾਣੀ ਹੈਲਪ ਹਾਂਜੀ ਹੈਲਪ ਕੇ ਸ਼ਾਜ ਵਾਲਾ ਪੱਠੇ ਹਾਂ ਪੱਠੇ ਜਿਹੜੇ ਹੈਗੇ ਨਾ ਅੱਜ ਅਸੀਂ ਆਪਣੇ ਉਧਰੋਂ ਵੱਢਨੇ ਨੇ ਹੋ ਸਕਦਾ ਮੈਂ ਇਕੱਲਾ ਹੀ ਜਿਹੜਾ ਹੈਗਾ ਨਾ ਚਲਾ ਜਾਵਾਂ ਰਹਿਣ ਨਹੀਂ ਇਹ ਨਾ ਜਲਦੀ ਹੋ ਜਾ ਰਲ ਕੇ ਚਲੀਏ ਹਾਂ ਰਲ ਕੇ ਚਲ ਜਲਦੀ ਇਹ ਨਾਲ ਤੂੰ ਥੱਪੇ ਵੱਢ ਦੇ ਸਾਬੇ ਗੋਡੋਰੀ ਇੱਕ ਤੂੰ ਬਣਾਈ ਨਾ ਇੱਕ ਮੈਂ ਨਾਲ ਬਣਾ ਰਹੀ ਤਾਂ ਦੋ ਹੋ ਜਾਸੇ ਚਲੋ ਠੀਕ ਬੱਚਿਆਂ ਨੂੰ ਰੋਟੀ ਵਗੈਰਾ ਖਵਾ ਕੇ ਫਟਾਫਟ ਆਇਆ ਜੀ ਪੱਠੇ ਵੱਢਣ ਬੇਗਮ ਸਾਹਿਬਾ ਜੇ ਹੈ ਨਾ ਹੈਲਪ ਕਰਾਣੀ ਸੀ ਬੇਗਮ ਸਾਹਿਬਾ ਵੀ ਜਾਈਏ ਔਰ ਇੰਨੇ ਸਾਰੇ ਪੱਠੇ ਸੀ ਵੱਢ ਲੈਣੇ ਬੜੀ ਸਪੀਡ ਨਾਲ ਇੱਥੋਂ ਰੱਖ ਕੇ ਇਹ ਜਿਹੜੇ ਜ਼ਿਆਦਾ ਪਏ ਨੇ ਮੇਰੇ ਨੇ ਇਹ ਬੇਗਮ ਸਾਹਿਬਾ ਦੇ ਥੋੜ੍ਹੇ ਜਿਹੇ ਵੱਡੇ ਨੇ ਅੱਜ ਨਾ ਚੋਰੀ ਹੋਈ ਵੀ ਪੱਠੇ ਕੋਈ ਨਾ ਥੋੜ੍ਹੇ ਜਿਹੇ ਵੱਢ ਕੇ ਲੈ ਗਿਆ ਉਸ ਸਾਈਡ ਤੋਂ ਪਰਲੀ ਸਾਈਡ ਤੋਂ ਕੋਈ ਚੋਰ ਪਿਆ ਅੱਜ ਥੋੜ੍ਹੇ ਜਿਹੇ ਵੱਢ ਕੇ ਲੈ ਗਿਆ ਆਪਾਂ ਜਲਦੀ ਜਲਦੀ ਖਤਮ ਕਰੀਏ ਪੱਠੇ ਹਾਂ ਅਸਲ ਤਾਂ ਹੈਗੇ ਸੀ ਤਾਂ ਵਾਹਵਾ ਹੋ ਗਏ ਘਰ ਦੇ ਨਜ਼ਦੀਕ ਹੁੰਦੇ ਨਾ ਅਤੇ ਫਿਰ ਤਾਂ ਆਰਾਮ ਆਰਾਮ ਨਾਲ ਵੱਢੀ ਰੱਖੀਏ ਲੇਕਿਨ ਹੁਣ ਨਾ ਫਟਾਫਟ ਸਾਨੂੰ ਵੱਢਣੇ ਪੈਣੇ ਕਿਉਂਕਿ ਇੱਕ ਤਾਂ ਜਿਹੜਾ ਤਾਂ ਨਜ਼ਰ ਆ ਰਿਹਾ ਹੋਵੇਗਾ ਦੇਖੋ ਨਾ ਨਿਕਲ ਆਏ ਨੇ ਬੂਰ ਜਿਹਾ ਵੀ ਅਤੇ ਛੱਲੀਆਂ ਵਗੈਰਾ ਨਾ ਉਹ ਵੀ ਲੱਗੀਆਂ ਖੜੀਆਂ ਨੇ ਅਤੇ ਅਗਰ ਜ਼ਿਆਦਾ ਪੱਕ ਗਿਆ ਨਾ ਪੱਕ ਗਈ ਮੱਕੀ ਤਾਂ ਫਿਰ ਨਾ ਖਾਣ ਦੀ ਅੱਡੀ ਨਹੀਂ ਰਹਿਣੀ ਆ ਦੇਖੋ ਛੱਲੀਆਂ ਵਗੈਰਾ ਹੀ ਲੱਗੀਆਂ ਪਈਆਂ ਨੇ ਉਹ ਮਾਸ਼ਾਅੱਲਾ ਵੱਡੀ ਵੱਡੀ ਗਈ ਆ ਔਰ ਸੂਰਜ ਜਿਹੜਾ ਹੈਗਾ ਨਾ ਗਰੂਬ ਹੋਣ ਵਾਲਾ ਚਿੜੀ ਆਈ ਫਿਰਦੀ ਆ ਔਰ ਇਹ ਚਿੜੇ ਵੀ ਸਾਡੇ ਨਾਲ ਆਏ ਨੇ ਇਹਨਾਂ ਦੋਨਾਂ ਬੰਦਿਆਂ ਨੇ ਸਾਨੂੰ ਬਹੁਤ ਤੰਗ ਕੀਤਾ ਇਹ ਦੇਖੋ ਪੱਠੇ ਅਲਹਮਦੁਲਿਲਾ ਅਸੀਂ ਵੱਢ ਲਏ ਨੇ ਔਰ ਕੱਲ੍ਹ ਜਿਹੜਾ ਹੈਗਾ ਨਾ ਅਸੀਂ ਉਹਦੇ ਗਏ ਸੀ ਨਾ ਇਕੱਲੇ ਬੱਚਿਆਂ ਨੂੰ ਨਾਲ ਨਹੀਂ ਲੈ ਗਏ ਕਾਫੀ ਸਾਰੇ ਕਮੈਂਟ ਸੀ ਇੱਧਰੋਂ ਦੇਖੋ ਕਿੱਥੇ ਸੂਰਜ ਜਿਹੜਾ ਹੈਗਾ ਨਾ ਗਰੂਬ ਹੋ ਗਿਆ ਬੱਚਿਆਂ ਨੂੰ ਜਾ ਕੇ ਲੈ ਆਉਣਾ ਹੈ ਨਾ ਅਤੇ ਇਸ ਕਰਕੇ ਜਿਹੜਾ ਹੈਗਾ ਨਾ ਟਾਈਮ ਨਾਲ ਹੀ ਜਾ ਰਿਹਾ ਇੱਕ ਤਿਆਉ ਦਾਤਰੀ ਪਈ ਹੈ ਵੇਚ ਨਾ ਗਾਦੇ ਵੀ ਮੈਂ ਬਹਿਣਾ ਹੀ ਤੇ ਮੈਨੂੰ ਉਹ ਨਾ ਵੇ ਲੱਗ ਨਾ ਜਾਵੇ ਕਿਧਰੇ ਹਾਂ ਵੇਚ ਰਿਹਾ ਜਾਂਦੀ ਨਾ ਕਿਉਂਕਿ ਬਹਿਣ ਲੱਗੇ ਹਾਂ ਤੈਨੂੰ ਕੀ ਮਸਲਾ ਕੀ ਲੈਣਾ ਦਾਤੀ ਦਾਤਰੀ ਲੈਣੀ ਹੈ ਨਹੀਂ ਦਾਤਰੀ ਨਹੀਂ ਇਹਨੂੰ ਦੇਣੀ ਕਾਫੀ ਸਾਰੇ ਭੈਣ ਬਾਈ ਗੱਲ ਕਰਦੇ ਪਏ ਸੀ ਕਾਫੀ ਸਾਰੇ ਭੈਣ ਬਾਈ ਕਹਿ ਰਹੇ ਸੀ ਕਿ ਇਮਾਨ ਫਾਤਮਾ ਅਤੇ ਅਬਦੁਲ ਰਹਿਮਾਨ ਨੂੰ ਨਹੀਂ ਲੈ ਗਿਆ ਅਸੀਂ ਲੈ ਕੇ ਤਾਂ ਜਾਣਾ ਸੀ ਲੇਕਿਨ ਅਸਲ ਤੇ ਘਰ ਖੱਲਾ ਸੀ ਅੱਬੂ ਹੋਰੀ ਗਏ ਸੀ ਕਿਧਰੇ ਕੰਮ ਉਹ ਵੀ ਘਰ ਕੋਈ ਨਹੀਂ ਸੀ ਘਰ ਫਿਰ ਕੋਈ ਦੋਨੋਂ ਘਰ ਜਿਹੜਾ ਹੈਗਾ ਨਾ ਖਾਲੀ ਹੋ ਜਾਣੇ ਸੀ ਇਸ ਕਰਕੇ ਜਿਹੜਾ ਹੈਗਾ ਨਾ ਉਹਨਾਂ ਨੂੰ ਨਹੀਂ ਲੈ ਗਏ ਬਾਕੀ ਸਾਨੂੰ ਹੀ ਪਤਾ ਅਸੀਂ ਜਾਣਾ ਸੀ ਸਮਝ ਲਓ ਨਜ਼ਦੀਕ ਹੀ ਅਤੇ ਉਹਨਾਂ ਨਾਲ ਲੈ ਕੇ ਜਾਈ ਆ ਕੀ ਕਰੂੰ ਮੈਂ ਚੱਲ ਵੱਢ 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 ਜਲਦੀ ਕਰ ਤੈਨੂੰ ਆਈ ਤੋਂ ਬਾਅਦ ਮੈਂ ਮਾਂ ਤੇ ਨਹੀਂ ਲੈਣ ਦਾ ਤੈਨੂੰ ਨਾਲ ਲੈਣ ਦਾ ਕਰਾਂ ਗਾਹ ਪੱਟਣ ਵਾਸਤੇ ਠੀਕ ਹੈ ਬਸ ਕਰ ਵਡੀ ਆ ਜਾ ਚਾਹ ਲੈ ਲੈ ਚਾਹ ਕੇ ਚੱਲ ਆ ਜਾ ਖੁਸ਼ ਹੋ ਅਤੇ ਬੱਚਿਆਂ ਨੂੰ ਇਸ ਕਰਕੇ ਜਿਹੜਾ ਹੈਗਾ ਨਾ ਅਸੀਂ ਕੋਈ ਨਹੀਂ ਲੈ ਗਏ ਸੀ ਅਗਲੇ ਜਿਹੜੇ ਪੱਠੇ ਵੱਡੇ ਸੀ ਨਾ ਮੈਂ ਸੱਟ ਕੇ ਆ ਗਿਆ ਕਿਉਂਕਿ ਪੱਠੇ ਜ਼ਿਆਦਾ ਸੀ ਅਤੇ ਬੇਗਮ ਸਾਹਿਬਾਂ ਤਾਂ ਮੇਰੇ ਨਾਲ ਗਈ ਅਤੇ ਬੇਗਮ ਸਾਹਿਬ ਪਿੱਛੋਂ ਫਿਰ ਵੱਡੀ ਬੈਠੀ ਥੋੜ੍ਹੇ ਬਹੁਤੇ ਚਲੋ ਇੰਝ ਕਰ ਫਿਰ ਥੋੜ੍ਹੀ ਜਿਹੀ ਹੋਰ ਵੱਢ ਲਾ ਹਾਂ ਕੋਈ ਨਾਂ ਦਾ ਤਾਂ ਹੋਵੇ ਹਾਂ ਹੋਵੇ ਕਿੱਦਾਂ ਫਿਰ ਦਾਤਰੀ ਜਿਹੜਾ ਨਾ ਚੱਕਣ ਜਾ ਰਹੇ
दात्री तेन बड़ा शौक है, तू थोड़ा वड्डा होला तेरा मैं हिसाब जेड़ा ना हां तू तेरा हिसाब ला लेना, टेंशन ना ले। ओ देख वड्डन बैठा है, इत्थे असीं वड्ड लैने बेगम साहिबन इन्ने फिर दोबारा वड्ड लैने और असीं चले आ हुण घर। काफी सारे कमेंटां दे जवाब दे दित्ता बच्चियां दे बारे भी, हिक रह गया ऑयल जेड़ा विखाया सी ना तेल, काफी सारे कमेंट सी कि ऑयल दा नां दसो ऑयल दा नां दसो, मैनू भी ऑयल दा नां दा नहीं पता है। तो हूँ जो है ना भाई तारे को साढ़े लिए आना है ठीक है, वह मसल जो उन्होंने कहा भी जो दिल करे थोड़ा तुम आओ ठीक आ, तो जो आए ना तो उदो मैं भी जोड़ा है उनके को ऑयल मंगा क्योंकि मौजूद उनके को अपना पिया से जो आया ना, तो उनके को जो मैं ऑयल मंगाया तो फिर जोड़ा है ना तुम्हें भी उनका नाँ दसा कि उनका नाँ की उन्हें कितों लिया की हिसाब किताब है ठीक है। मैंने हाले अप आप कोई सुर पता नहीं है, तुम पूछना तो उन्होंने जाके कमेंट करके पूछो हाँ क्योंकि मैंने कोई पता नहीं उन्होंने को मैं वैसे मंगावगा सही क्योंकि मैंने जरूरत है, मेरे वाल ना काफ़ी ज्यादा कमजोर ने, तुम्हें पता है कि एक बार बिचों मैं इन्ना वाला करके गंजा भी कराया तो हूँ फिर जगह ना उमें गिरदे पेन वाल अजकल, पहले भी मैं पिछले साल 2022 च मेरे ख्याल मैं गंजा कराया इवें ना वाला करके, तो हूँ फिर वाल उमें डिगी जाते हैं, तो मैं सोच रहा थोड़ा बहुत ना कोई तेल वगैरह नैचुरल तरीके सैट हो जाए तो होर अला तू की लैना। हाँ जी हाँ जी, वैसे सवाणिया किस्म तालियां होंगे ना, सवाणिया के वाल सवाणिया गंजिया नहीं होंगे, सवाणिया के वाल नहीं डिगते बंद आते डिग जाते हैं पता नहीं की रोला। चलिए चलिए, काफ़ी सारे बहना भाई सोचते होवे कि साडे इलाके कच्चे कमरे या पिंडा थावां दे लोकां नाल आदत होंदी है कच्चे कमरे पाव, मैं तुहानूं सामने दिखाना दी अच्छी खासी कोई 10-12 किले ना कोई जमीन भी है, जिमीदार ने सारा कुछ है। यह जिहड़ा घर सामने खड़ा होया ना ये खज्जी वाला ठीक आ, मसलन जिमीदार ने अच्छा खासा खांदे पींदे पण यह देखो इन्हां ने कोई इन्हां दा कोई चैनल नहीं है कि इन्हां ने यह कच्चा कमरा बनाया चैनल वास्ते, कोई कच्चा कमरा फिर भी उन्होंने बनाया कच्चे कमरे के फायदा तो कि इजाफी चीज़ा इन्हें लकड़ा वगैरह ही चीज़ा बंदा वे जेड़ा करना रख सकता, टेंशन नहीं होंदी। पट्ठे पुट्ठे कुतर के मझ नू पा के सारे काम करके हुण हो चुके हैं जी वेले, मैं तुहानू दस दे भी कि अलहमदुल्ला सारे अच्छा हुण चाय बना। हाँ बड़ी थकावट हुई भी क्योंकि अज मैं काफ़ी सारा काम वगैरह भी किया, पट्ठे पुट्ठे वढ़ के लिया अच्छा इंज कर पी आई पी जानी चाह बना तो सालन पे है रोटी भी पई है उखराणी असी फुल करके रखी हुई है तो फिर भी इधर इधर निगे हैं जी साबत पे हुए हैं इस करके उत्ते असी कपड़ा पा दिता है। बेगम साहबा बार ना चाय बना रही है मेरे ख्याल ना नवे चूल्हे की चाय बनती होनी है कि चलिया फिर क्योंकि पुराना चूल्हा तो असी दोपहर टाइम ना चक के ना बाहर सेट दिता क्योंकि ना बिल्कुल ना खराब टुट भज गया सी। बाकी एक होर मैं गल करा कि बहुत शुक्रिया भाई साहब होर उन्होंने साड़ी काफ़ी अच्छी मतलब मेहमानबाजी गल की सी क्योंकि कल तो असी जो ब्लाग एंड आके जो एंड किया ही कोई ब्लाग का समझ लो कि उतो निकलिया फटाफट तो रात में तकरीबन टाइम नहीं घर पहुँच के अभी तकरीबन 6 बजे तो पैदे। बेगम साहबा ने चाय पकाने वास्ते ना अज नवे चूल्हे दे विच जिहड़ा अग बाली आ वह ना हो टुट जाए, काफ़ी सारे कमेंट से ना इंशाला नहीं टुटता, काफ़ी मेहनत इन्हें तो की और देखते हैं ना किस तरह का फस्ट टाइम जो ना ये एक्सपैरीमेंट किया और उम्मीद है इन्नी जल्दी कुत्ता बजता जाता तो नहीं है, थोड़ा बहुत गिला है सी थले वाली साइड तो अग वगैरह बाली है ना तो क्योंकि अंदर वाली साइड तो मिट्टी काफ़ी ज़्यादा भरी है ताकि टुटे ना, तो देखने की बनता इनका अल्लाह खैर करेगा। बाकी अग तो बड़ी जबरदस्त किस्म की जी इंदे च बलती पी है, मसलन टेंशन परेशानी वाली गल कोई नहीं है। अगले दिन कमेंट से नवाज भाई इन्ना तुम जो है ना मेहनत ना शौकी ने समझते पे इनकी कुरबानी तो नहीं करनी, नहीं जी इनकी कुरबानी असी नहीं करनी, असी वैसे जो है ना सेल करा अगे वो जिते मर्जी इन लै जावन व्डा हो गया तो फिर इन सेल करा लेकिन असी इन घर कुरबानी कोई नहीं कर। सुबह के टाइम असी इन अनबॉक्सिंग करना से चूल्हे अगे बेगम भी कह रही थी टुटता तो नहीं तुसी ते तुसी रह गए, बेगम साहब नहीं यकीन नहीं होंदा पे कि जेड़ा कड़े क्योंकि कड़ा है ना सारा दा सारा कड़ा ही आ। हाँ जी ते बेगम साहब कह रहे थे टुटता तो नहीं आ, मीं ते नहीं टुटता अपने लो बड़ा मसल मजबूत बनाया और ये तकरीबन 2-3 दिन ही चलिया पता लग जाना वैसे इवें ना। हाँ सारे बच्चे भी जमा हो गए सी, मैं चाय पक जाती फिर तुम दिखाने अब्दुल हादी जरा ना मसा होया खड़ा कह रहा मैं सौंगा रोटी वगैरह भी खावे पहले जी चाय पीने ब्लाग वगैरह का सैटअप करके फिर बाद देखी जाएगी रोटी दी है और चाय अलहमदुल्ला जी साड़ी हो चुकी है तैयार कर दे दुध की तकिया ही है बात कर दुध हो हाले
ਮੱਝ ਦਾ ਆਪਾਂ ਕੀ ਕਰੀਏ, ਮੱਝ ਕਿੱਥੋਂ ਲਵੀਏ, ਰਾਵੀ ਦੀ ਲਵੀਏ ਕਿ ਐਸ ਰਾਵੀ ਦੀ ਮੱਝ ਤਾਂ ਮਾਸ਼ਾਅੱਲਾ ਲਈਏ ਜ਼ਬਰਦਸਤ ਹੈ, ਨਾ ਕੋਈ ਹੁੰਦਾ ਵੀ ਹੁੰਦੀ ਮੱਝ, ਲੇਕਿਨ ਅਗਰ ਇਸ ਤਰ੍ਹਾਂ ਦੀ ਹੀ ਮੱਝ ਆਪਾਂ ਰਾਵੀ ਵਾਲੀ ਸਾਈਡ ਤੋਂ ਹੋਰ ਲਵਾਂਗੇ ਨਾ ਤੇ ਮੱਝਾਂ ਨਾਲ ਲਿਸਿੰਗ ਹੁੰਦੀਆਂ ਜ਼ਿਆਦਾ ਤਰ ਮੋਟੀਆਂ ਨਹੀਂ ਹੁੰਦੀਆਂ। ਇੱਕ ਦਿਲ ਕਰਦਾ ਇਹ ਵਾਲੀ ਮੱਝ ਸੇਲ ਕਰਕੇ ਤੇ ਨਵੀਂ ਲੈ ਲਵੀਏ ਜਿਹੜੀ ਜ਼ਿਆਦਾ ਦੁੱਧ ਦੇਵੇ, ਤੇ ਇੱਕ ਦਿਲ ਕਰਦਾ ਇੱਕ ਹੋਰ ਲੈ ਆਵੀਏ। ਲੇਕਿਨ ਬਹੁਤ ਜ਼ਿਆਦਾ ਮੁਸ਼ਕਿਲ ਹੈ ਮੱਝਾਂ ਦਾ ਕੰਮ, ਅਸਾਂ ਇੱਕ ਤਾਂ ਬੰਦਾ ਰੱਖਿਆ ਹੋਇਆ, ਲੇਕਿਨ ਬੰਦਾ ਰੱਖਾਂਗੇ 20-30 ਹਜ਼ਾਰ ਰੁਪਏ ਤੋਂ ਘੱਟ, ਤੇ 20 ਹਜ਼ਾਰ ਤੇ ਪੱਕਾ ਮਸਲ ਰੋਟੀ ਪਾਣੀ ਖਾ ਸਾਰਾ ਪਾ ਪੂ ਕੇ ਨਾ ਕਮ ਅਜ਼ ਕਮ ਕੋ 25-30 ਹਜ਼ਾਰ ਸਾਨੂੰ ਬੰਦਾ ਪੈਣਾ। ਹਾਂ ਬਿਲਕੁਲ ਤਾਂ ਹੋਣਾ, ਤੇ ਉਹ ਅਸੀਂ ਮੁੱਲ ਦੁੱਧ ਨਾਲ ਲੈ ਲਾਂਗੇ। ਹਾਂ ਇਹ ਸਾਨੂੰ ਅੱਛੀ ਖਾਸੀ ਬੱਚਤ ਹੈ, ਕਮ ਅਜ਼ ਕਮ ਮੱਝ ਨਾ ਕੋਈ 200 ਰੁਪਏ ਦੇ ਦਿਹਾੜੀ ਚ ਖਾਂਦੀ ਹੈ ਪੱਠੇ, ਤੇ ਦੁੱਧ ਦਿੰਦੀ 700-800 ਦਾ, ਦੁੱਧ ਵੀ ਦਿੰਦੀ ਹੈ, ਤਾਂ ਸਾਡੇ ਘਰ ਚ ਮੱਖਣ ਹੀ ਇਹ ਸਮਝੋ, ਮੱਖਣ ਵੀ ਕਾਫੀ ਬਹੁਤ ਜ਼ਿਆਦਾ ਫਾਇਦਾ ਬਹੁਤ ਤੇ ਬਚਤ ਬੜੀ, ਦੁੱਧ ਅਸੀਂ ਆਪ ਖੁਦ ਚੋਨੇ ਕੋ ਸਮਝੇ ਇਸਤੇਮਾਲ ਹੀ ਕਰਨੇ ਆ, ਜਿਹੜਾ ਬਾਹਰ ਦਾ ਦੁੱਧ ਉਹਦੀ ਤੇ ਹੁੰਦੀ ਨਾ। ਹਾਂ ਇਹ ਕਮ ਅਜ਼ ਕਮ ਨਾ ਕੋਈ 10-1 ਹਜ਼ਾਰ ਰੁਪਏ ਦਾ ਨਾ ਮਹੀਨੇ ਦੇ ਵਿੱਚ ਪੱਠੇ ਖਾਂਦੀ, 10 ਹਜ਼ਾਰ ਦੇ, ਤੇ ਦੁੱਧ ਮੁੱਲ ਵੀ ਇਹਨਾਂ ਤਾਂ ਫਿਰ ਵੀ 25-30 ਹਜ਼ਾਰ ਰੁਪਏ ਬਣਨਾ, ਤੇ ਬੰਦਾ ਰੱਖੀ ਫਿਰ ਵੀ ਉਤਨਾ ਬਣਨਾ, ਬੰਦਾ ਰੱਖਾਂਗੇ ਤਾਂ ਫਿਰ ਮੱਝ ਰੱਖਣ ਦਾ ਸਾਨੂੰ ਫਾਇਦਾ ਹੀ ਨਹੀਂ ਹੈ। ਤੇ ਹੁਣ ਅੱਕੇ ਅਸੀਂ ਵੀ ਪਏ ਹਾਂ ਸੱਚੀ ਪਿੱਛੋਂ, ਤੇ ਕਰ ਕਰ ਕੇ ਨਾ ਥੱਕ ਜਾਈਦਾ, ਇੱਕ ਮੱਝ ਵੀ ਹੈ ਨਾ ਸਵੇਰ ਪੱਠੇ ਸ਼ਾਮ ਪੱਠੇ, ਅੱਜ ਵੀ ਵੇਖਿਆ ਹੋਣਾ ਸਵੇਰ ਸਵੇਰ ਜਾ ਕੇ ਵੱਢੇ ਕੁੱਤਰੇ ਪਾਏ, ਫਿਰ ਸ਼ਾਮ ਨੂੰ ਜਾ ਕੇ ਵੱਢੇ, ਮਿਹਨਤ ਵੀ ਕਾਫੀ ਜ਼ਿਆਦਾ ਹੈ ਔਰ ਖੇਚਲ ਵੀ ਹੈ, ਉਸ ਤੋਂ ਇਲਾਵਾ ਜ਼ਿੰਮੇਦਾਰੀ ਵੀ ਹੈ ਜੀ। ਹਾਂ ਬਿਲਕੁਲ, ਤੇ ਮੇਰਾ ਤਾਂ ਦਿਲ ਕਦੇ ਕਦੇ ਕਰਦਾ ਕਿ ਮੱਝ ਵੈਸੇ ਵੀ ਜਿਹੜਾ ਨਾ ਵੇਚ ਛੱਡੀਏ, ਤੇ ਇਹ ਕੋਈ ਵੀ ਨਵਾਂ ਮੱਝ ਰੱਖੀਏ, ਫਰੀ ਹੋ ਜਾਈਏ। ਉਹ ਫਰੀ ਤਾਂ ਹੋ ਜਾਂਦਾ, ਫਿਰ ਦੁੱਧ ਤੂੰ ਵੀ ਫਰੀ ਹੋ ਜਾਂਦਾ। ਨਹੀਂ ਦੁੱਧ ਮੁੱਲ ਥੋੜਾ ਬਹੁਤ ਬੰਦਾ ਲਈ ਰੱਖਦਾ, ਲੇਕਿਨ ਉਹ ਖਾਲਸ ਨਹੀਂ ਮਿਲਦਾ। ਉਹ ਜਦੋਂ ਫਿਰ ਨਾ ਜਿਸ ਦਿਨ ਗੁੱਸਾ, ਮੈਨੂੰ ਪਤਾ ਕਿਸ ਦਿਨ ਚੜਦਾ, ਜਿਸ ਦਿਨ ਮਸਲ ਦੁੱਧ ਡਾਲਾ ਦੇ ਦਿਨ ਪਾਣੀ ਤਾਂ ਦੁੱਧ ਦੇ ਜਾਂਦਾ ਨਾ, ਕਦੇ ਕਦੇ ਸਹੀ ਦੇਵੇਗਾ, ਕਦੇ ਵਿੱਚੋਂ ਇੰਜ ਪਾਣੀ ਨੀਰਾ ਹੋਵੇਗਾ, ਉਸ ਦਿਨ ਫਿਰ ਇੰਨਾ ਗੁੱਸਾ ਚੜਦਾ ਹੈ ਨਾ ਕਿ ਮੱਝ ਲਿਆ ਵੀ। ਇਹ ਅੱਗੇ ਮੱਝ ਵੀ ਮੈਂ ਇਸੇ ਕਰਕੇ ਲੈ ਆਉਂਦੀ ਸੀ, ਵਿੱਚੋਂ ਦੁੱਧੀ ਨੇ ਨਾ ਬਿਲਕੁਲ ਨਾ ਪਾਣੀ ਤਰ੍ਹਾਂ ਦੁੱਧ ਦਿੱਤਾ 3-4 ਦਿਨ, ਤੇ ਮੇਰਾ ਦਿਲ ਨਹੀਂ ਕੀਤਾ ਨਾ ਵੀ ਹੁਣੇ ਜਾ ਕੇ ਮੱਝ ਲਿਆਵਾਂ, ਉਹ ਮੈਂ ਤਾਂ ਲਈ ਸੀ, ਤੇ ਹੁਣ ਜਿਹੜਾ ਨਾ ਦਿਲ ਨਹੀਂ ਕਰਦਾ ਕੰਮ ਕਰਨ ਕਾਰਨ ਸੁਸਤੀ ਜੀ ਛਾ ਜਾਂਦੀ ਹੈ, ਤੇ ਫਿਰ ਜਿਹੜਾ ਕਹਿੰਦਾ ਬੇਗਮ ਸਾਹਿਬ ਨੂੰ ਜ਼ਿਆਦਾਤਰ ਕਰਨਾ ਪੈਂਦਾ, ਤੇ ਬੇਗਮ ਸਾਹਿਬ ਫਿਰ ਮੈਨੂੰ ਲੜਦੀ ਆ, ਫਿਰ ਜਿਹੜਾ ਇਹਨਾਂ ਕੰਮ ਖਰਾਬ ਹੁੰਦਾ ਕਰਨਾ ਪੈਂਦਾ, ਇਹਨਾਂ ਮੈਂ ਕੀ ਕਰਾਂ। ਹਾਂ ਉਹ ਇਹਨਾਂ ਕਦੇ ਕਦੇ ਮੈਂ ਚਲਾ ਜਾਂਦਾ ਉਹਨਾਂ ਕਿਤੇ ਕੰਮ ਅੱਗੇ ਪਿੱਛੇ, ਤਾਂ ਫਿਰ ਬੇਗਮ ਸਾਹਿਬਾਂ ਨੂੰ ਪੱਠੇ ਪੁੱਠੇ ਬਣਾਉਣੇ ਪੈਂਦੇ। ਬਾਕੀ ਅਸੀਂ ਤਾਂ ਵਲਾਗ ਹੀ ਖਤਮ ਕਰਨੇ ਆ, ਖੁਦਾ ਹਾਫਿਜ਼, ਅੱਲਾ ਨੀ ਜਬਾਨ, ਇਨਸ਼ਾਅੱਲਾ ਜੀ ਹੁੰਦੀ ਹੈ ਕੱਲ੍ਹ ਇੱਕ ਅੱਛੇ ਜਿਹੇ ਵਲਾਗ ਨੂੰ, ਕੱਲ੍ਹ ਬਹੁਤ ਹੀ ਸਰਪ੍ਰਾਈਜ਼ ਕਿਸਮ ਦਾ ਜਿਹੜਾ ਕਹਿੰਦਾ ਵਲਾਗ ਹੋਣਾ, ਕੱਲ੍ਹ ਤੁਸੀਂ ਇੰਤਜ਼ਾਰ ਕਰਨਾ ਇਨਸ਼ਾਅੱਲਾ। ਇਨਸ਼ਾਅੱਲਾ ਅੱਲਾ ਪਾਕ ਖੈਰ ਸੁੱਖ ਰੱਖੇ, ਬਹੁਤ ਹੀ VIP ਜ਼ਬਰਦਸਤ ਸਰਪ੍ਰਾਈਜ਼ ਵਲਾਗ ਹੋਵੇਗਾ ਇਨਸ਼ਾਅੱਲਾ।